ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ, ਕਿਵੇਂ ਹੋ ਸਾਰੇ? ਠੀਕ ਠਾਕ, ਵਧੀਆ। ਲਓ ਜੀ, ਇਹ ਨਾ ਆਪਾਂ ਧਰ ਰਹੇ ਹਾਂਗੇ ਇੱਥੇ ਆਪਣੇ ਗੇਟ ਪਏ ਸੀ ਜਿਹੜੇ ਪੁਰਾਣੇ ਲਾਹੇ ਹੋਏ ਸੀਗੇ, ਅਤੇ ਕਿਉਂਕਿ ਇੱਥੇ ਆਪਾਂ ਜਗ੍ਹਾ ਵਿਹਲੀ ਕਰਨੀ ਹੈ ਜੀ, ਤੁਹਾਨੂੰ ਪਤਾ ਆਪਣੇ ਕੱਲ੍ਹ ਨੂੰ ਲੈਂਟਰ ਪੈਣਾ ਹੈਗਾ, ਅਤੇ ਇੱਥੋਂ ਸਾਰੇ ਆਪਾਂ ਸਫਾਈ ਕਰਨੀ ਆ, ਕਿਉਂਕਿ ਕੱਲ੍ਹ ਨੂੰ ਰੋਟੀ ਪਾਣੀ ਦਾ ਪ੍ਰਬੰਧ ਇੱਥੇ ਹੋਊਗਾ। ਜਿਹੜੇ ਪਿੰਡ ਦੇ ਵਿੱਚੋਂ ਭੈਣਾਂ ਨੇ ਆਉਣਾ, ਬੀਬੀਆਂ ਨੇ, ਸਾਰੇ ਇੱਥੇ ਬੈਠਣਗੇ। ਇਹ ਆਪਾਂ ਗੇਟ ਚੱਕ ਕੇ, ਅੱਜ ਸੈਂਤ ਆਈ ਹੈ ਇਹਨਾਂ ਦੀ, ਕਿੱਦਾਂ ਦੇ ਇਸ ਤਰ੍ਹਾਂ ਹੀ ਪਏ ਨੇ, ਅਤੇ ਇਹ ਆਪਾਂ ਵੇਚ ਆਉਂਦੇ ਹਾਂਗੇ, ਅਤੇ ਇੱਥੋਂ ਆਪਾਂ ਸਾਰੀ ਸਫਾਈ ਕਰਨੀ ਆ, ਠੀਕ ਹੈ ਜੀ? ਅਤੇ ਤੁਸੀਂ ਲਗਾਤਾਰ ਚੈਨਲ 'ਤੇ ਬਣੇ ਰਹੋ, ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਲੈਂਟਰ ਦੀ ਵੀਡੀਓ ਵੀ ਕਿਸ ਤਰ੍ਹਾਂ ਦੇ ਸਾਡੇ ਰੀਤੀ ਰਿਵਾਜ਼ ਨੇ। ਇਸ ਕਰਕੇ ਵੀ ਦੇਖਦੇ ਰਹੋ, ਹੈ ਨਾ, ਚੈਨਲ 'ਤੇ ਬਣੇ ਰਹੋ। ਜੇ ਵਲੋਗ ਵਧੀਆ ਲੱਗਿਆ, ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਉਹ ਵੀ ਏਸ਼ੀਅਨ ਬੈਗ ਤਾਂ ਉਹੀ ਲੱਗ ਜੂ। ਬੰਗੇ ਨੀ ਡਾਰਾ ਹੁੰਦਾ ਇਹ ਟੱਟਣ ਵਾਲਾ। ਮੋਟਰ ਬੰਦ ਕਰ ਦਿਓ, ਮੈਂ ਟੈਂਕੀ ਭਰ ਗਈ। ਬਿਮਾਰ
ਇੱਥੋਂ ਸਾਰਾ ਥਾਂ ਸਮਾਰਤਾ ਕੂੜਾ ਰਹਿਣਾ ਚੱਕਣ ਵਾਲਾ, ਜਿਹੜੇ ਇੱਥੇ ਉਹ ਅਸੀਂ ਆਪਣੇ ਗੇਟ ਦੇ ਉਹ ਵੇਚ ਜਾਂਦੇ ਨੇ, ਇੱਥੇ ਛਾਂ ਰਹੂਗੀ ਇਹੋ ਜਿਹੇ ਵੇਲੇ ਤੱਕ ਹੀ ਛਾਂ, ਉਰੇ ਤਾਂ ਸਾਰੇ ਛਾਂ ਰਹਿੰਦੀ, ਉੱਧਰ ਤਾਂ ਧੁੱਪ ਆਉਣੀ ਸ਼ੁਰੂ ਹੋ ਗਈ, ਰੁੱਕ ਡੁੱਕ ਜਾਂਦਾ ਸਾਡੇ ਥੱਲੇ ਹੋ ਗਈ ਠੀਕ ਲੱਗਿਆ। ਸਮਾਨ ਵੀ ਨਹੀਂ ਆਇਆ ਆਪਣਾ ਸੱਤੀ ਹਲਵਾਈ ਵਾਲਾ, ਗੱਡੀ 'ਚ ਹੀ ਕੱਲ੍ਹ ਤਾਂ ਕਹਿੰਦੇ ਕਹਿੰਦੇ ਉਹ ਕਹਿੰਦੇ ਅਸੀਂ ਧਰ ਜਾਂਗੇ ਮੱਖੀਆਂ ਬਾਹਰ ਨੂੰ ਚਿਪਕੀਆਂ ਪਈਆਂ ਨੇ ਬੈਠੀਆਂ ਨੇ, ਜਦੋਂ ਬਾਹਰ ਖੋਲਦੇ ਹੋ ਅੰਦਰ ਵੜ ਜਾਣੇ, ਲਿਆ ਮੇਰੇ ਕੰਗਾ ਤੇਰਾ ਸਿਰ ਬਾਹਰ ਖੜਾ ਹੋ ਜਾ। ਆ ਗਈ ਜਾਦ ਨੂੰ ਕੀ ਆਪ ਵੀ ਕੁਛ ਕੰਮ ਕਰ ਲੈ, ਤਾਂ ਹੈ ਨੀ ਮੈਂ ਇੰਨਾ ਕੰਮ ਹੈਗਾ ਮੈਂ ਕੋਈ ਨਾਲ ਕਰਾ ਦਾ ਕੰਮ ਤੇ ਕੰਮ ਚੜੇ ਪੈਣੇ ਬਾਹਲੇ ਜ਼ਿਆਦਾ ਕੰਮ। ਸਤ
ਸਬਜ਼ੀ ਦਾ ਪਾਣੀ ਪਾ ਦੀ ਚਾਨਣ ਪੈਣ ਵਾਸਤੇ ਲੰਬਾ ਹੋ ਜੂਗਾ, ਨਾਲੇ ਸਾਰਾ ਪੂਰਾ ਚਾਨਣ ਪਊਗਾ ਇਹਦੇ ਵਿੱਚ। ਨਹੀਂ ਫਿਰ ਅਸੀਂ ਛੋਟਾ ਬਣਾ ਲਿਆ ਨਾ, ਉਹ ਛੋਟਾ ਉੱਪਰ ਐਡਜਸਟ ਹੋ ਜੂਗਾ। ਲਓ ਜੀ, ਜਿਹੜੇ ਟਾਈਮ ਹੈ 5 ਵੱਜ ਗਏ ਨੇ, ਆਪਣਾ ਰਸਨਾ ਸਿਹੜਾ ਆ ਚੁੱਕਿਆ ਜੀ, ਆਟਾ ਆਪਾਂ ਪਿਹਾ ਲਿਆਂਦਾ, ਇੱਧਰ ਆ ਜਿਹੜਾ ਆਪਣਾ ਸਮਾਨ ਆ ਗਿਆ, ਅਤੇ ਹਲਵਾਈ ਵੀ ਆ ਗਏ ਨੇ, ਮਾਸਟਰ ਜੀ ਹੋਰੇ ਗਏ ਨੇ ਪਿੰਡ ਭਾਂਡੇ ਲੈਣ, ਅਤੇ ਆਪਾਂ ਇੱਧਰ ਰੱਖੀ ਹੋਈ ਹੈ ਚਾਹ, ਨਹੀਂ ਤਾਂ ਹਲਵਾਈਆਂ ਨੂੰ ਚਾਹ ਦੇ ਦੇਈਏ, ਮਿਸਤਰੀਆਂ ਨੂੰ ਦੇ ਦੇਈਏ, ਸਰੀਏ ਵਾਲੇ ਮੰਗ ਰਹੇ ਨੇ। ਠੀਕ ਹੈ, ਇੱਧਰ ਹੋਰ ਕੁਛ ਜਿਹੜਾ ਸਮਾਨ ਆਇਆ ਡਿਸਪੋਜ਼ਲ ਦਾ ਸਾਰਾ, ਹਲਵਾਈਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਆ ਕੇ ਉਹ ਸਬਜ਼ੀ ਕੱਟਣਾ ਹੀ ਸ਼ੁਰੂ ਕਰ ਦਿੱਤੀ ਹੈ ਜੀ ਉਹਨਾਂ ਨੇ। ਲਓ ਜੀ, ਹਲਵਾਈ ਆ ਗਏ ਨੇ ਅਤੇ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ। ਚਾਹ ਬਣਾ ਕੇ ਪਿਆ ਦੀ ਆਪਾਂ ਫਟਾਫਟ। ਠੀਕ ਹੈ ਜੀ, ਉਹ ਕਿੱਧਰ ਭੱਜ ਗਿਆ ਸਾਰੀ? ਕੌਣ? ਇਹਦਾ ਪਾਣੀ ਵੀ ਨਹੀਂ ਗਿਆ, ਪਿੰਦਰ ਪਿੰਡ ਆ ਇਹ। ਕਿਉਂ? ਉਹ ਪਤਾ ਪਿੰਡੀ ਜਿਹੜਾ ਇੰਨਾ, ਮੈਂ ਸਹਿਜੀ ਲੈ ਗਈ, ਸ਼ਮੀਰ ਖੇਲ ਬੈਠਾ। ਪਿੰਡੀ ਕਰਦਾ ਹਾਂ। ਕੌਣ? ਪਿੰਦਰ। ਪਤਾ ਨਹੀਂ ਗੁਰਦੁਆਰੇ ਵੀ ਆਇਆ, ਮਤਲਬ ਗੁਰਦੁਆਰੇ ਨੂੰ ਮਿਲ ਕੇ ਆਇਆ ਕਿਸੇ ਨੂੰ। ਚਲ ਕੋਈ ਨਹੀਂ, ਆਇਆ ਥੱਲੇ ਆਇਆ ਲਹਾ ਯਾਰ ਪਰੇ। ਓ ਆ ਜਾ,
ਦੋ ਤਾਂ ਗੇੜੇ ਨੇ ਲਾ ਕੇ ਧਰ ਦੇਣੇ ਜੇ ਮੈਂ ਦੇਖ ਲਾ ਕਿੰਨੀ ਪਈ ਆ ਮੇਰੀ ਮੰਮੀ ਹਲਵਾਈਆਂ ਨੂੰ ਪੁੱਛ ਰਹੇ ਆ ਵੀ ਤੁਸੀਂ ਕੀ ਬਣਾਓਗੇ ਕੀ ਕਰੋਗੇ ਪੂਰੀ ਜਾਣਕਾਰੀ ਲੈ ਰਹੀ ਉਹਨਾਂ ਨੂੰ ਪਹਿਲਾਂ
ਲਓ ਜੀ ਹਲਵਾਈ ਆਪਣਾ ਨਾ ਕੰਮ ਕਰਕੇ ਜਿੰਨਾ ਨਾ ਕਰਨਾ ਸੀ ਉਹ ਚਲੇ ਗਿਆ ਨਹੀਂ ਅਤੇ ਇਹ ਸਮਾਨ ਆਪਾਂ ਸਾਂਭ ਲੈਂਦੇ ਹਾਂ ਜਿਵੇਂ ਆਲੂ ਉਲੂ ਕੱਟ ਗਏ ਨੇ ਸੌਸ ਆ ਜਿਹੜੀ ਉਹ ਬਣਾ ਗਏ ਨੇ ਉਬਾਲ ਕੇ ਰੱਖ ਗਏ ਨੇ ਮਤਲਬ ਕਿ ਸਵੇਰ ਉਹ ਚੀਨੀ ਚੁਨੀ ਦੇਖ ਕੇ ਪਾ ਲੈਣਗੇ ਜਿਹੜਾ ਵੀ ਉਹਨਾਂ ਦਾ ਕੰਮ ਕਰਨ ਵਾਲਾ ਸੀ ਜਿਵੇਂ ਸਬਜ਼ੀ ਦਾ ਮਸਾਲਾ ਤਿਆਰ ਕਰਨਾ ਸੀ ਇਸ ਤਰ੍ਹਾਂ ਦਾ ਕੁਛ ਕਰਕੇ ਰੱਖ ਗਏ ਨੇ ਆਪਾਂ ਇਹਨਾਂ ਨੂੰ ਸਾਰੇ ਨੂੰ ਸਾਂਭ ਕੇ ਰੱਖ ਲੈਂਦੇ ਹਾਂ ਠੀਕ ਹੈ ਜੀ ਇੱਥੋਂ ਦੇ ਵੱਡਾ ਗਲਾਸ ਚਾਚਾ ਪੀ ਜਾਂਦਾ ਜਾਂਦਾ ਹਾਂ ਹਾਂ ਕਿਤੇ ਆ ਪੀ ਜੋ ਲਓ ਪੜਾਵਣ ਦੀ ਖਰਾਬ ਹੋ ਜਾਣਗੇ ਵੀ ਆਲੂ ਕੀ ਪਤਾ ਆਉਣਗੇ ਕਿ ਨਾ ਅੱਜ ਇੱਥੋਂ ਇੱਥੋਂ ਹੀ ਲੇਟ ਗਈਆਂ ਨੇ ਉਹ ਦਰਾਣੀ ਜੀ ਖਾਣੀ ਉਹ ਕੀ ਕਰਨਾ ਉਹਨਾਂ ਦਾ ਆਲੂਆਂ ਦਾ ਸੂਟ ਸਿਲਾਈ ਹੋ ਕੇ ਆਏ ਨੇ ਅਮਨਵੀਰ ਦਾ ਪਾਰਸਲ ਹੁਣ ਕੀ ਤੜਕੇ ਕਰਾਂਗੇ ਲਓ ਜੀ ਸਾਰਾ ਕੰਮ ਆਪਣਾ ਨਿਬੜ ਚੁੱਕਿਆ ਹੈਗਾ ਅਤੇ ਇਹ ਹੈਗਾ ਰਾਤ ਦਾ ਟਾਈਮ ਅਤੇ ਬੀਮ ਬੰਨਣ ਵਾਲੇ ਰਹਿੰਦੇ ਸੀਗੇ ਮਾਸਟਰ ਜੀ ਕੋਲੇ ਖੜ੍ਹੇ ਨੇ ਵੀ ਚਾਹੇ 11 ਵੱਜ ਜਾਣੇ ਨੂੰ ਭਾਈ ਬੰਨ ਕੇ ਜਾਇਓ ਕਿਉਂਕਿ ਸਵੇਰੇ ਫਿਰ ਨਾ ਜਿਹੜਾ ਬਿਜਲੀ ਵਾਲਾ ਕੰਮ ਹੈ ਜੀ ਉਹਦੀ ਫਿਟਿੰਗ ਹੋ ਜੂਗਾ ਅਤੇ ਇੱਥੇ ਜਿਹੜਾ ਟਾਈਮ ਸੀ 9 ਵਜੇ ਦਾ ਟਾਈਮ ਸੀ ਅਤੇ ਜਦੋਂ ਤੱਕ ਕਹਿੰਦੇ ਇਹਨਾਂ ਦਾ ਕੰਮ ਨਿਬੜਿਆ ਜੀ 10:30-11 ਵੱਜ ਗਏ ਸੀ ਫਿਰ ਆਪਣੇ ਕੰਮ ਕੰਪਲੀਟ ਕਰਕੇ ਗਏ ਸੀ ਚਲੋ ਜੀ ਆਪਾਂ ਅੱਜ ਦੇ ਵਲੋਗ ਦਾ ਇੱਥੇ ਹੀ ਕਰਦੇ ਹਾਂ ਵਲੋਗ 'ਤੇ ਚੈਨਲ 'ਤੇ ਬਣੇ ਰਹੋ ਕੱਲ੍ਹ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਲੈਂਟਰ ਵਾਲਾ ਵਲੋਗ ਅਤੇ ਬਹੁਤ ਜ਼ਿਆਦਾ ਘਰ ਵਿੱਚ ਲੱਗੀਆਂ ਹੋਈਆਂ ਰੌਣਕਾਂ ਠੀਕ ਹੈ ਇਸ ਕਰਕੇ ਤੁਸੀਂ ਚੈਨਲ 'ਤੇ ਬਣੇ ਰਹੋ ਅਤੇ ਕੱਲ੍ਹ ਵਾਲੇ ਵਲੋਗ ਨੂੰ ਵੀ ਜੀ ਦੇਖਣਾ ਬਿਲਕੁਲ ਨਾ ਭੁੱਲਣਾ ਠੀਕ ਹੈ ਜੀ ਕੱਲ੍ਹ ਵਾਲੇ ਵਲੋਗ ਦੇ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ।